ਪਟਿਆਲਾ ਮਿੰਨੀ ਸੈਕਟਰੀਏਟ ਵਿਖੇ 7ਵੀਂ ਆਰਥਿਕ ਜਨਗਣਨਾ ਦੇ ਸਬੰਧ ਵਿੱਚ ਕਮੇਟੀ ਹਾਲ ਵਿੱਚ ਇੱਕ ਸਭਾ ਬੁਲਾਈ ਗਈ, ਜਿਸ ਵਿੱਚ ਏਡੀਸੀ ਪੂਨਮਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ। ਇਹ ਸਭਾ ਸੀਐਸਸੀ ਕਾਮਨ ਸਰਵਿਸ ਸੈਂਟਰ ਪਟਿਆਲਾ ਸਰਦਾਰ ਹਰਜੀਤ ਸਿੰਘ ਦੇ ਅਧੀਨ ਕਰਵਾਈ ਗਈ ਹੈ। ਇਸ ਸਭਾ ਵਿੱਚ ਸੀਨੀਅਰ ਸਟੈਟਿਸਟੀਕਲ ਅਫਸਰ ਸੰਜੀਵ ਵਸਿਸ਼ਟ ਅਤੇ ਪਰਮਜੀਤ ਜਮਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਆਏ ਹੋਏ ਸਾਰੇ ਵੀਐਲਈਸ ਨੂੰ ਇਸ ਆਰਥਿਕ ਜਨਗਣਨਾ ਬਾਰੇ ਜਾਣਕਾਰੀ ਦਿੱਤੀ ਤੇ ਫੀਲਡ ਵਿੱਚ ਗਣਨਾ ਕਰਨ ਦੇ ਨੁਕਤਿਆਂ ਬਾਰੇ ਵੀ ਸਮਝਾਇਆ ਗਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਸੀਐਸਸੀ ਪਟਿਆਲਾ ਦੇ ਐਮਡੀ ਸਰਦਾਰ ਹਰਜੀਤ ਸਿੰਘ ਨੇ ਸਾਰੇ ਅਫਸਰਾਂ ਅਤੇ ਵੀਐਲਈਸ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਜਨਗਣਨਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਵਿੱਚ ਉਹ ਵੀਐਲਈਸ ਨਾਲ ਹਮੇਸ਼ਾ ਖੜੇ ਰਹਿਣਗੇ। ਜਿਹੜੀ 7ਵੀਂ ਆਰਥਿਕ ਗਣਨਾ ਕਰਵਾਈ ਜਾ ਰਹੀ ਹੈ। ਆਲਰੇਡੀ ਆਰਥਿਕ ਗਣਨਾ ਦੇ ਸੰਬੰਧ ਵਿੱਚ ਦਿੱਲੀ ਵਿੱਚ ਟ੍ਰੇਨਰਸ ਦੀ ਇੱਕ ਟ੍ਰੇਨਿੰਗ ਹੋ ਚੁੱਕੀ ਹੈ। ਉਸ ਤੋਂ ਬਾਅਦ ਸਟੇਟ ਲੈਵਲ 'ਤੇ ਸੀਈਸੀ ਦੇ ਜਿਹੜੇ ਇਹਨਾਂ ਦੇ ਮੈਂਬਰਸ ਹੈਗੇ ਨੇ, ਡਿਸਟ੍ਰਿਕਟ ਮੈਨੇਜਰ ਲੈਵਲ ਦੇ ਆਫਿਸਰ ਸੀਗੇ, ਉਹਨਾਂ ਦੀ ਟ੍ਰੇਨਿੰਗ ਹੋ ਚੁੱਕੀ ਹੈ। ਹੁਣ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੇ ਇਹਨਾਂ ਦੇ ਵੀਐਲਸੀ ਨੇ, ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ। ਉਹ ਅੱਗੇ ਜਾ ਕੇ ਆਪਣੇ ਵਿਲੇਜ ਲੈਵਲ ਦੇ ਵਿੱਚ ਇਨੂਮਰੇਟਰਸ ਜਿਹੜੇ ਇਹਨਾਂ ਦੇ ਅਲਟੀਮੇਟਲੀ ਜਿਹੜਾ ਇਕਨੋਮਿਕ ਸੈਂਸਸ ਕਰਨਗੇ, ਉਹ ਉਹਨਾਂ ਨੂੰ ਟ੍ਰੇਨ ਕਰਨਗੇ ਤੇ ਉਹਨਾਂ ਤੋਂ ਕੰਮ ਕਰਵਾਉਣਗੇ। ਕਿੰਨੇ ਦਿਨ ਤੱਕ ਸ਼ੁਰੂ ਹੋ ਜਾਏਗੀ ਜਿਹੜੀ ਇਕਨੋਮਿਕ ਸੈਂਸਸ ਹੈ? ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਇਸ ਦਾ ਮੋਸਟ ਪ੍ਰੋਬਬਲੀ 6 ਜੂਨ ਤੋਂ ਸ਼ੁਰੂ ਕਰਕੇ 3 ਮਹੀਨੇ ਦੇ ਵਿੱਚ ਇਹਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈਗਾ। 3 ਮਹੀਨੇ ਦਾ ਟਾਈਮ ਹੈਗਾ ਜੇ ਇਸ ਦੇ ਵਿੱਚ ਕੋਈ ਹੋਰ ਚੇਂਜ ਨਹੀਂ ਆਉਂਦੀ ਹੈਗੀ। ਅਦਰਵਾਈਜ਼ 3 ਮਹੀਨੇ ਕੰਮ ਕਰ ਰਹੇ ਉਹਨਾਂ ਨੂੰ ਵੀਐਲਈ ਦੇ ਅੰਡਰ ਜਿੰਨੇ ਵੀ ਇਨੋਮਰੇਟਰ ਹੈਗੇ ਉਹਨਾਂ ਨੂੰ ਅਸੀਂ 2 ਹਿੱਸੇ 'ਚ ਵੰਡਿਆ ਹੋਇਆ, ਇੱਕ ਪਿੰਡ ਅਤੇ ਇੱਕ ਸ਼ਹਿਰ। ਸ਼ਹਿਰ ਦੇ ਵਿੱਚ ਅਸੀਂ ਬਲੋਕ ਬਣਾਏ ਹੋਏ ਨੇ, ਸਾਡੀ ਇਨਵੈਸਟੀਗੇਟਿਵ ਯੂਨਿਟਸ ਹੈਗੀਆਂ ਨੇ, ਟਾਊਨ ਮੈਪ ਹੈਗੇ ਅਤੇ ਵਿੱਚ ਬਲੋਕ ਹੈਗੇ ਨੇ। ਜਿਹੜਾ ਇਨਵੈਸਟੀਗੇਟਿਵ ਯੂਨਿਟ ਹੈਗਾ ਉਹ ਤਕਰੀਬਨ 20 ਤੋਂ ਲੈ ਕੇ 50 ਬਲੋਕਸ ਦਾ ਹੈਗਾ ਅਤੇ ਹਰ ਬਲੋਕ ਦੇ ਵਿੱਚ 80 ਤੋਂ ਲੈ ਕੇ 200 ਹਾਊਸਹੋਲਡ ਪਰਿਵਾਰ ਹੈਗੇ ਨੇ ਅਤੇ ਤਕਰੀਬਨ ਜਿਹੜਾ ਇੱਕ ਇੱਕ ਇਨੋਮਰੇਟਰ ਹੈਗਾ, ਜਦੋਂ ਪਿੰਡ ਜਾਏਗਾ ਤਾਂ ਉਹਨੂੰ ਕੰਪਲੀਟ ਪਿੰਡ ਦਿੱਤਾ ਜਾਏਗਾ ਔਰ ਜਿਹੜਾ ਬਲੋਕ ਹੈ ਪੂਰਾ ਬਲੋਕ ਕਰੇਗਾ। ਲੇਕਿਨ ਜੇ ਪਿੰਡ ਕੋਈ ਵੱਡਾ ਹੈਗਾ, ਮੰਨ ਲਓ ਉਸਦੇ ਵਿੱਚ 500 ਤੋਂ ਵੱਧ ਸਟਰਕਚਰ ਹੈਗੇ ਨੇ, ਸਟਰਕਚਰ, ਕਿਉਂਕਿ ਇਸਦੇ ਵਿੱਚ ਸਾਰੇ ਸਟਰਕਚਰ ਕਵਰ ਕਰਨੇ ਹਨ, ਅਤੇ ਜੇ ਕੋਈ 500 ਤੋਂ ਵੱਧ ਸਟਰਕਚਰ ਹੈਗੇ ਤਾਂ ਉਸਦੇ ਹਿੱਸੇ ਕਿਤੇ ਜਾਣਗੇ। 500 ਯਾਨੀ ਅਗਰ 1000 ਸਟਰਕਚਰ ਹੈਗੇ ਤਾਂ 2 ਹਿੱਸੇ ਉਹਦੇ ਕਰਕੇ ਉਹ 2 ਬੰਦਿਆਂ ਤੋਂ ਵੀ ਕਰਾਇਆ ਜਾ ਸਕਦਾ ਹੈਗਾ, ਜਾਂ ਉਹੀ ਬੰਦਾ ਪਹਿਲੇ 500 ਸਟਰਕਚਰ ਕਵਰ ਕਰੇਗਾ ਉਸ ਤੋਂ ਦੂਸਰੇ 500 ਸਟਰਕਚਰ ਕਵਰ ਕਰੇਗਾ। ਪਰ ਡੇ ਦਾ ਕੋਈ ਟਾਰਗੇਟ ਦਿੱਤਾ ਜਾਵੇ? ਪਰ ਡੇ ਜਿਹੜਾ ਟਾਰਗੇਟ ਹਾਲੇ ਪ੍ਰੈਕਟੀਕਲੀ ਫੀਲਡ 'ਚ ਜਦੋਂ ਕੰਮ ਸ਼ੁਰੂ ਹੋਏਗਾ ਤਾਂ ਉਦੋਂ ਪਤਾ ਲੱਗੇਗਾ। ਲੇਕਿਨ ਅਮੂਮਨ ਜਿਹਨੂੰ ਇੱਕ ਬਲੋਕ ਦੇ ਦਿੱਤਾ ਤਾਂ ਉਹ ਬਲੋਕ ਉਹਨੇ ਕੰਪਲੀਟ ਕਰਨਾ ਹੈਗਾ। ਹੁਣ ਉਹ ਐਕਚੁਅਲੀ ਫੀਲਡ 'ਚ ਜਾ ਕੇ ਕਿੰਨਾ ਟਾਈਮ ਲੱਗਦਾ, ਕਿਉਂਕਿ ਨਵੇਂ ਬੰਦੇ ਨੇ, ਸਾਰੇ ਹਾਲੇ ਫਰੈਸ਼ਰਸ ਹੈਗੇ ਨੇ, ਇਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਅਤੇ ਟ੍ਰੇਨਿੰਗ ਪਾਰਟ ਚੱਲ ਰਹੇ ਨੇ। ਹੁਣ ਜਦੋਂ ਫੀਲਡ 'ਚ ਜਾਣਗੇ ਤਾਂ ਪਤਾ ਲੱਗੇਗਾ ਕਿ ਉਹ ਕਿੰਨਾ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰ ਸਕਦੇ ਆ। ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਇੱਕ ਕਦਮ? ਨਿਸ਼ਚਿਤ ਤੌਰ 'ਤੇ ਪਹਿਲਾਂ ਇਹੀ ਕੰਮ ਜਿਹੜਾ ਸੀ ਕਿਸੇ ਨਾ ਕਿਸੇ ਲੈਵਲ 'ਤੇ ਟੀਚਰਸ ਕਰਦੇ ਸੀਗੇ ਜਾਂ ਗਵਰਨਮੈਂਟ ਸਟਾਫ ਕਰਦਾ ਸੀਗਾ, ਲੇਕਿਨ ਪਹਿਲੀ ਦਫਾ ਹੋਇਆ ਹੈਗਾ ਕਿ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਜਿਹੜੀ ਕਿ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦੇ ਨਾਲ ਅਟੈਚਡ ਹੈਗੀ ਹੈ, ਉਹ ਪੂਰੇ ਆਲ ਇੰਡੀਆ ਲੈਵਲ 'ਤੇ ਕਰ ਰਹੇ ਨੇ ਅਤੇ ਇਕੱਲੇ ਪੰਜਾਬ ਦੇ ਵਿੱਚ ਹੀ ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਹੈ ਕਿ 30,000 ਦੇ ਲਗਭਗ ਇਨੋਮਰੇਟਰ ਸੀ ਜਿਹੜੇ ਇਹਨਾਂ ਨੇ ਆਪਣੇ ਇੰਪਲਾਈ ਕੀਤੇ ਹੈਗੇ ਅਤੇ ਪੂਰੇ ਪੰਜਾਬ 'ਚ 30,000 ਬੰਦੇ ਜਿਹੜੇ ਉਹ ਕੰਮ ਕਰ ਰਹੇ ਹੋਣਗੇ ਅਤੇ ਇੰਪਲਾਇਮੈਂਟ ਜਨਰੇਸ਼ਨ ਦਾ ਬਹੁਤ ਵੱਡਾ ਇੱਕ ਰੋਲ ਪਲੇ ਕਰ ਰਹੇ ਹੈਗੇ। ਇਲੂਮੀਨੇਟਰ ਨੂੰ ਮੰਥਲੀ ਇਨਕਮ ਕਿੰਨੀ ਹੋ ਜਾਏਗੀ? ਇਹ ਉਹਨਾਂ ਦਾ ਬੇਸਿਸ ਆਫ ਡਾਟਾ ਕੁਰੈਕਸ਼ਨ ਹੈਗਾ ਜਿਹਦੇ 'ਚ ਉਹ ਕੈਟਾਗਰਾਈਜੇਸ਼ਨ ਕੀਤੀ ਹੋਈ ਹੈ ਕਿ ਅਗਰ ਹਾਊਸ ਦਾ ਹਾਊਸ ਸਟਰਕਚਰ ਹੈਗਾ, ਓਨਲੀ ਹਾਊਸ ਹੈਗਾ ਤਾਂ 10 ਰੁਪਏ ਹੈ, ਅਗਰ ਉਹ ਐਂਟਰਪ੍ਰਾਈਜ਼ ਹੈ ਤਾਂ 20 ਰੁਪਏ ਹੈਗਾ, ਅਗਰ ਦੂਸਰਾ ਅਦਰ ਦੈਨ ਅਦਰ ਹੈਗਾ ਤਾਂ 10 ਰੁਪਈਏ, ਹਾਊਸ ਹੈ ਤਾਂ 16 ਰੁਪਈਏ ਅਤੇ ਅਦਰ ਦੈਨ ਅਗਰ ਕਮਰਸ਼ੀਅਲ ਹੈਗਾ ਤਾਂ ਫਿਰ 20 ਰੁਪਏ। ਹਾਂਜੀ ਮਿਲ ਸਕਦਾ ਜੀ, ਉਹ ਤਾਂ ਫਿਰ ਡਿਪੈਂਡ ਕਰਦਾ ਕਿ ਕਿੰਨਾ, ਕਿਉਂਕਿ 3 ਮਹੀਨੇ 'ਚ ਕੰਮ ਖਤਮ ਕਰਨਾ ਹੈਗਾ। ਹੁਣ ਡਿਪੈਂਡ ਕਰਦਾ ਕਿ ਇਹਨਾਂ ਨੇ ਕਿੰਨੇ ਇਨੋਮਰੇਟਰ ਰੱਖੇ ਹੋਏ ਨੇ, ਹਰੇਕ ਵੀਐਲਸੀ ਦੇ ਅੰਦਰ ਕਿੰਨੇ ਇਨੋਮਰੇਟਰ ਹੈ, ਕਿੰਨਾ ਏਰੀਆ ਹੈਗਾ, ਡਿਪੈਂਡ ਕਰਦਾ, ਕਿਉਂਕਿ 3 ਮਹੀਨੇ 'ਚ ਕੰਮ ਖਤਮ ਕਰਨਾ ਹੈਗਾ। ਜਿਹੜਾ ਬੰਦਾ ਕੰਮ ਨੈਚੁਰਲੀ ਕਰ ਰਿਹਾ, ਫਾਸਟ ਕਰ ਰਿਹਾ, ਤਾਂ ਉਹ ਅਗਲਾ ਬੰਦਾ ਨੈਕਸਟ ਕੰਮ ਟੇਕਅਪ ਕਰੇਗਾ। ਲੇਕਿਨ ਉਸ 'ਚ ਸਾਡਾ ਬਹੁਤ ਜ਼ਿਆਦਾ ਰੋਲ ਹੈਗਾ, ਸਟੇਟ ਗਵਰਨਮੈਂਟ ਦਾ ਅਤੇ ਸਾਡਾ। ਦੋ ਥਾਂ ਦੀ ਇੰਸਪੈਕਸ਼ਨ ਹੈਗੀ ਹੈ, ਪਹਿਲਾਂ ਇੰਸਪੈਕਸ਼ਨ ਜਿਹੜੇ ਇਹਨਾਂ ਦੇ ਵੀਐਲਸੀ ਕਰਨਗੇ, ਸੈਕਿੰਡ ਇੰਸਪੈਕਸ਼ਨ ਜਿਹੜੀ ਉਹ ਸੈਂਟਰ ਦੇ ਸਟੇਟ ਕੋਲ ਹੈਗੀ ਹੈ। ਅਤੇ ਸਕਰੂਟਰੀ ਹੋਣ ਤੋਂ ਬਾਅਦ, ਇੰਸਪੈਕਸ਼ਨ ਹੋਣ ਤੋਂ ਬਾਅਦ ਹੀ ਜਦੋਂ ਅਸੀਂ ਸਬਮਿਟ ਕਰ ਦਾਂਗੇ, ਜਦੋਂ ਅਸੀਂ ਸੈਟਿਸਫਾਈ ਹੋ ਗਏ ਕਿ ਕੰਮ ਠੀਕ ਹੈਗਾ, ਉਸ ਤੋਂ ਬਾਅਦ ਸਬਮਿਸ਼ਨ ਤਾਂ ਹੀ ਮੰਨਿਆ ਜਾਏਗਾ ਕਿ ਉਹਦਾ ਕੰਮ ਕੰਪਲੀਟ ਹੋ ਗਿਆ। ਇਹ ਜਿਹੜਾ ਕੰਮ ਅਸੀਂ ਸ਼ੁਰੂ ਕਰਨ ਲੱਗੇ ਹਾਂ, ਇਕਨੋਮਿਕ ਸੈਂਸਸ ਕਰਨ ਲੱਗੇ ਹਾਂ, 7ਵੀਂ ਇਕਨੋਮਿਕ ਸੈਂਸਸ ਕਰਨ ਲੱਗੇ ਹੈ, ਇਹ ਇੱਕ ਬਹੁਤ ਹੀ ਵੱਡੇ ਵਿਆਪਕ ਲੈਵਲ 'ਤੇ ਕੰਮ ਹੋ ਰਿਹਾ ਹੈਗਾ ਔਰ ਬਹੁਤ ਹੀ ਇੰਪੋਰਟੈਂਟ ਕੰਮ ਹੈਗਾ। ਜਿਸ ਤਰ੍ਹਾਂ ਸੈਂਸਸ ਸਾਡੀ 10 ਸਾਲ ਬਾਅਦ ਹੁੰਦੀ ਹੈਗੀ ਹੈ, ਉਸੇ ਤਰ੍ਹਾਂ ਅਸੀਂ ਇਕਨੋਮਿਕ ਸੈਂਸਸ ਵੀ ਕਰ ਰਹੇ ਹਾਂ। ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਅਦਾਰੇ ਨੇ ਉਹਨਾਂ ਸਾਰਿਆਂ ਦੀ ਗਿਣਤੀ ਹੈ,
ਉਸ ਤੋਂ ਬਾਅਦ ਗੌਰਮੈਂਟ ਸੈਂਟਰਲ ਗੌਰਮੈਂਟ ਦੀ ਸਟੇਟ ਗੌਰਮੈਂਟ ਦੀ ਔਰ ਜਿਹੜੇ ਵੱਡੇ ਵੱਡੇ ਤੁਹਾਡੇ ਐਜੂਕੇਸ਼ਨਲ ਅਦਾਰੇ ਹੈਗੇ ਨੇ ਉਹਨਾਂ ਲਈ ਇੱਕ ਡਾਟਾ ਬੇਸ ਤਿਆਰ ਹੋਏਗਾ ਕਿ ਹਿੰਦੁਸਤਾਨ ਦੇ ਵਿੱਚ ਕਿੰਨੇ ਐਂਟਰਪ੍ਰਾਈਜ਼ ਹੈਗੇ ਨੇ ਇਹ ਸਾਡੀ ਫਿਊਚਰ ਦੀ ਜਿੰਨੀ ਪਲੈਨਿੰਗਸ ਬਣਨਗੀਆਂ ਪੋਲਿਸੀ ਮੇਕਿੰਗ ਵਾਸਤੇ ਇਹ ਜਿੰਨਾ ਵੀ ਡਾਟਾ ਅਸੀਂ ਕਲੈਕਟ ਕਰ ਰਹੇ ਹਾਂ ਇਹ ਸਾਰਾ ਉੱਥੇ ਕੰਮ ਆਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਵੀ ਅਸੀਂ ਡਾਟਾ ਕਲੈਕਟ ਕਰਾਂਗੇ ਉਹ ਬਿਲਕੁਲ ਕੌਨਫੀਡੈਂਸ਼ੀਅਲ ਹੈਗਾ ਉਸ ਡਾਟਾ ਨੂੰ ਅਸੀਂ ਕਿਸੇ ਵੀ ਪ੍ਰਾਈਵੇਟ ਆਰਗੇਨਾਈਜੇਸ਼ਨ ਨਾਲ ਸ਼ੇਅਰ ਨਹੀਂ ਕਰਦੇ ਸਭ ਤੋਂ ਪਹਿਲਾਂ ਮੈਂ ਨਿਊਜ਼ 18 ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਖਬਰ ਨੂੰ ਕਵਰੇਜ ਕਰਦਾ ਹੈਗਾ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਇਕਨੋਮਿਕ ਸਰਵੇ ਦਾ ਜਿਹਦੇ ਵਿੱਚ ਆਪਣੇ BLE ਨੂੰ ਇਕੱਠਾ ਕੀਤਾ ਹੈ ਜਿਹਦੇ ਵਿੱਚ 180 ਪਲੱਸ BLE ਨੇ ਜਿਹੜੇ ਉਹ ਆਏ ਨੇ ਟ੍ਰੇਨਿੰਗ ਲੈਣ ਦੇ ਲਈ ਉਹ ਇਸ 'ਚ ਸੰਬੰਧ ਦੇ ਵਿੱਚ ਟ੍ਰੇਨਿੰਗ ਲੈਣੀ ਉਹਨਾਂ ਨੇ ਕਿ ਪਿੰਡ ਦੇ ਵਿੱਚ ਜਾ ਕੇ ਇਕਨੋਮਿਕ ਸਰਵੇ ਜੋ ਡਾਟਾ ਇਕੱਠਾ ਕਰਨਾ ਕਿਸ ਤਰ੍ਹਾਂ ਡਾਟਾ ਇਕੱਠਾ ਕਰਨਾ ਜੋ ਵੀ ਉਹਨਾਂ ਨੂੰ ਫੀਲਡ ਦੇ ਵਿੱਚ ਮੁਸ਼ਕਲਾਂ ਆਉਣਗੀਆਂ ਉਹਨਾਂ ਬਾਰੇ ਦੱਸਿਆ ਸਰ ਨੇ ਸੰਜੀਵ ਸਰ ਨੇ ਦੱਸਿਆਗਾ ਅਤੇ ਅਗਰ ਕੋਈ ਕੱਲ੍ਹ ਵੀ ਪ੍ਰੋਬਲਮ ਆਉਂਦੀ ਹੈ ਤਾਂ ਵੀ ਅਸੀਂ ਉਹਨਾਂ ਨੂੰ ਸਾਰੀ ਪੂਰੀ ਹੈਲਪ ਕਰਾਂਗੇ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਜਾਏਗੀ ਔਰ ਜੋ ਵੀ ਬੰਦਾ ਸਾਨੂੰ ਇਸ ਸਾਡੀ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੈ ਇਕਨੋਮਿਕ ਸਰਵੇ ਦੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਊਗੀ ਤਾਂ ਉਸਨੂੰ ਅਸੀਂ ਹੈਲਪ ਪੂਰੀ ਹੈਲਪ ਕਰਾਂਗੇ